ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ। ਸੋ ਜਿਹਨੂੰ ਕਹਿੰਦੇ ਹੁੰਦੇ ਆ ਗਏ ਨੇ ਬਿੱਲੋ, ਉਹੀ ਟਾਈਮ ਆ ਗਿਆ। ਅੱਜ ਪਹਿਲਾ ਲੋਹ ਰਿਹਾ ਅਤੇ ਮੀਂਹ ਪੈ ਰਿਹਾ। ਮੀਂਹ 'ਚ ਚਾਹੀਦੀ ਆਪਾਂ ਨੂੰ ਟਰੈਕਸ਼ਨ ਜ਼ਿਆਦਾ, ਇਸ ਕਰਕੇ ਮੈਂ ਜਿਹੜਾ ਫਰੰਟ ਐਕਸਲ ਆ ਇਹ ਵੀ ਆਪਾਂ ਨੇ ਥੱਲੇ ਲਾਉਣਾ ਆ। ਲਿਫਟ ਜਿਹੜੀ ਆ ਯੂਜ਼ ਨਹੀਂ ਕਰਨੀ ਹੁਣ ਅਤੇ ਹੁਣ ਆਪਾਂ ਚਲੀਏ ਲੋਡ ਚੱਕਣ। ਆ ਗਿਆ ਨਹੀਂ ਬਿੱਲੋ ਉਹ ਟਾਈਮ। ਪੰਤਾਲੀ ਹਜ਼ਾਰ ਪਾਉਂਡ ਭਾਰ ਆ ਟਰੱਕ, ਟਰੱਕ ਦਾ ਕਹਿਤਾ ਲੋਡ ਦਾ। ਅਤੇ ਟਰੱਕ ਆਪਣੇ ਦਾ ਮੈਂ ਕੱਲ੍ਹ ਵੇਟ ਕੀਤਾ ਸੀਗਾ ਅਤੇ ਅੱਧੇ ਨਾਲੋਂ ਘੱਟ ਟੈਂਕਾਂ 'ਤੇ ਫਿਊਲ ਪਵਾ ਕੇ ਮਤਲਬ ਕਿ ਅਤੇ 33,000 ਕੁਛ ਭਾਰ ਬਣਿਆ ਸੀਗਾ। ਆ ਗਿਆ ਨਹੀਂ ਬਿੱਲੋ ਉਹੀ ਟਾਈਮ। ਆਹ ਸਮਾਨ ਜਿਹੜਾ ਆ ਇਹ ਹੈਗੀ ਸਕੈਫੋਲਡਿੰਗ, ਇੱਦਾਂ ਕੁਛ ਕਹਿੰਦੇ ਇਹਨੂੰ, ਸਕੈਫੋਲਡਿੰਗ ਖਰੇ। ਇਹ ਜਿੱਦਾਂ ਇੰਡੀਆ ਦੇ ਵਿੱਚ ਜੇ ਲੈਂਟਰ ਪਾਉਂਦੇ ਹਾਂ ਆਪਾਂ, ਪੈਡ ਨਹੀਂ ਬੰਨੀ ਤੇ ਪੈਡ ਉਹ ਚੀਜ਼ ਆ, ਇਹ ਪੈਡਾਂ ਆ, ਇਹ ਪੈਡ ਬਣਦੀ ਇੰਨਾ ਮੇਰੇ ਹਿਸਾਬ ਨਾਲ। ਮੈਂ ਗੂਗਲ ਕੀਤਾ ਤਾਂ ਪਤਾ ਲੱਗਿਆ ਵੀ ਇੰਨਾ ਪੈਡ ਬਣਨੀ ਜਾਂਦੀ ਆ, ਬਿਲਡਿੰਗ ਮਟੀਰੀਅਲ ਹੈ। ਲਾਬੇ ਵੈਲੀ ਲੱਦਣ ਆ ਜਿਹੜੇ ਹੈਗੇ ਨਾ, ਤਿੰਨ ਤਿੰਨ ਸੈੱਟ ਰੱਖ ਹੋਣੇ ਆ ਟਰਾਲੇ 'ਤੇ। ਗੋਰਾ ਬਿੜੀ ਦਾ ਸ਼ੌਕੀਨ ਲੱਗਦਾ, ਇਹਨੇ ਬੀੜੀ ਨਹੀਂ ਮੂੰਹ 'ਚੋਂ ਕੱਢੀ, ਅੱਧਾ ਘੰਟਾ ਹੋ ਗਿਆ ਮੈਨੂੰ ਇੱਥੇ ਆਏ ਨੂੰ। ਅਤੇ ਆਹ ਜਿਹੜਾ ਲੋਡ ਆ ਇਹ ਤਿੰਨ ਤਿੰਨ ਸੈੱਟ ਜਿਹੇ ਰੱਖ ਹੋਣੇ ਆ ਇੱਦਾਂ ਟਰਾਲੇ ਦੇ ਉੱਤੇ ਇੱਕ ਜਗ੍ਹਾ 'ਤੇ। ਅਤੇ ਇਹ ਆਪਣੇ ਹੈਗੇ ਮੈਨੂੰ ਲੱਗਦਾ 9 ਅਤੇ 9 18 ਆ ਪੈਲਟ ਜਿਹੇ ਹੈਗੇ ਆ, 10-10 ਫੁੱਟੇ ਗਾਡਰਾਂ ਦੇ। ਅਤੇ ਮੈਨੂੰ ਲੱਗਦਾ ਮਗਰ ਆ ਜਾਣੇ 9 ਪੈਲਟ ਹੀ ਆ ਜਾਣੇ ਆ 20 ਫੁੱਟੇ ਗਾਡਰਾਂ ਦੇ, ਹੈ ਨਾ। ਸੋ ਕੁੱਲ ਮਿਲਾ ਕੇ ਫੁੱਲ ਲੋਡ ਆ 45,000 ਪਾਉਣ ਭਾਰ ਆ ਇਹਦਾ ਲੋਡ ਦਾ ਫੁੱਲ ਦਾ। ਲਓ ਜੀ ਮਿੱਤਰਾ, ਜਿਹੜਾ ਥੱਲੇ 20-20 ਫੁੱਟੇ ਜਿਹੜੇ ਆ ਗਾਡਰ ਰੱਖਤੇ ਆ ਉਹਨੇ। ਹੁਣ ਮੈਨੂੰ ਕਹਿੰਦਾ ਬੈਲੀ ਵੀ ਉੱਤੇ ਸਟਰੈਪਾਂ ਪਾ ਦੇ, ਇਹਨਾਂ ਨੂੰ ਖਰੇ ਬੈਲੀ ਸਟਰੈਪਾਂ ਕਹਿੰਦੇ ਆ, ਉਹ ਪਾ ਦੇ। ਉਸ ਤੋਂ ਬਾਅਦ 'ਚ ਕਹਿੰਦਾ ਵੀ ਇੱਕ ਇੱਕ ਸੈੱਟ ਉੱਤੇ ਹੋਰ ਰੱਖਣਾ ਆ। ਅਤੇ ਕਹਿੰਦਾ ਵੀ ਮੈਂ ਮਗਰ 20 ਫੁੱਟੇ ਗਾਡਰ ਜਿਹੜੇ ਰੱਖਦਾ ਹਾਂ ਅਤੇ ਤੂੰ ਉਹਨਾਂ ਚਿਰ ਮੋਹਰੇ ਸਟਰੈਪਸ ਪਾ ਲਾ। ਮੈਂ ਕਿਹਾ ਠੀਕ ਆ ਭਾਈ, ਮੈਂ ਇੱਦਾਂ ਕਰ ਲੈਂਦਾ। ਮੈਂ ਹੁਣ ਸਟਰੈਪਾਂ ਪਾਉਣ ਲੱਗਾ, ਦੇਖੀਏ ਕਿੱਦਾਂ ਪੈਂਦੀਆਂ ਮੇਰੇ ਤੋਂ ਸਟਰੈਪ।
ਇੰਚਾਂ ਜਿਹੜੀਆਂ ਲੱਗੀਆਂ ਮੇਰੇ ਟਰੇਲ ਉਹ ਸਲਾਈਡ ਵਾਲਾ ਸਲਾਈਡ ਰੇਲ ਲੱਗੀ ਆ ਮੋਹਰੇ ਲੈ ਕੇ ਪਿੱਛੇ ਤੱਕ ਅਤੇ ਟਾਇਰਾਂ ਦੇ ਉੱਤੇ ਜਿੱਦਾਂ ਡਰਾਈਵ ਟਰੇਲਰ ਦੇ ਟਾਇਰਾਂ ਦੇ ਉੱਤੇ ਬੈਂਚਾਂ ਹੈਗੀਆਂ ਬਾਕੀ ਸਲਾਈਡ ਵਾਲਾ ਉਹਦੇ ਐਡਜਸਟ ਕਰਕੇ ਫਿਰ ਲੋਕੇਸ਼ਨ ਫਿਰ ਪਾਉਣਾ ਹਾਂਜੀ ਮਿੱਤਰ ਸੋ ਫਾਰ ਮੈਂ ਲੱਗੀ ਰਿਹਾ ਹਾਂ ਵੀ ਲੋਡ ਜਿਹੜਾ ਹੈਗਾ ਚੱਕਣ ਡਿਆ ਪਰ ਮੀਂਹ ਨਹੀਂ ਪੈਣ ਡਿਆ ਅਤੇ ਚਾਰ ਕੁ ਸਟਰੈਪਾਂ ਪਾਈਆਂ ਹਾਲੇ ਕਹਿੰਦਾ ਜੀ ਦੋ ਸਟਰੈਪਾਂ ਪਾ ਕੇ ਬਾਈ ਕਹਿੰਦਾ ਅਤੇ ਹੁਣ ਇਹਦੇ ਉੱਤੇ ਵੀ ਲੋਡ ਲੱਗਣਾ ਆ ਅਤੇ ਉੱਥੇ ਫਿਰ ਬਾਕੀ ਦੀਆਂ ਸਟਰੈਪਸ ਜਿਹੜੀਆਂ ਉਹ ਪਾਊਂਗਾ ਮੈਂ ਲਓ ਜੀ ਮਿੱਤਰੋ ਲੋਡ ਸਿਕਿਓਰ ਕਰ ਲਿਆ ਇੱਕ ਵਾਰੀ ਸਾਰੀਆਂ ਸਟਰੈਪਸ ਪਾ ਕੇ ਨਾ ਮੁੜ ਕੇ ਫਿਰ ਦੁਬਾਰਾ ਕੱਸੀਆਂ ਮੈਂ ਅਤੇ ਇੱਕ ਇੱਥੇ ਪੰਜਾਬੀ ਬਾਈ ਮਿਲ ਪਿਆ ਸੀਗਾ ਉਹਨੇ ਦੱਸਿਆ ਮੈਨੂੰ ਥੋੜ੍ਹਾ ਜਿਹਾ ਗਾਈਡ ਕੀਤਾ ਸੋ ਗੁੱਡ ਮੈਨ ਦੀ ਲਾਲਟਣ ਕੰਮ ਹੋ ਗਿਆ ਲੋਡ ਸਿਕਿਓਰ ਕਰ ਲਿਆ 16 ਸਟਰੈਪ ਬੈਂਚਾਂ ਆਇਆ 16 ਦੀਆਂ 16 ਸਟਰੈਪ ਪਾਤੀਆਂ ਮੈਂ ਕੋਈ ਗੱਲ ਨਹੀਂ ਟੂ ਮੱਚ ਲੋਡ ਸਿਕਿਓਰਮੈਂਟ ਕੋਈ ਚੱਕਰ ਨਹੀਂ ਇੱਕ ਮੈਂ ਚੱਕਰ ਪਾਇਆ ਸੀ ਅੱਜ ਪਹਿਲਾਂ ਜਦੋਂ ਲੱਦਣ ਲੱਗੇ ਮੈਂ ਨਾ ਕੋਰਨਰ ਪ੍ਰੋਟੈਕਟਰ ਨਹੀਂ ਲਾਏ ਉਹਨਾਂ ਕਰਕੇ ਇੱਕ ਮੇਰੀ ਬੈਲਟ ਜਿਹੜੀ ਆ ਸਟਰੈਪ ਜਿਹੜੀ ਉਹ ਵੱਧ ਹੋ ਗਈ ਅਤੇ ਫਿਰ ਮੈਂ ਸਾਰੀਆਂ ਸਟਰੈਪਾਂ ਖੋਲ੍ਹ ਕੇ ਦੁਬਾਰਾ ਕੋਰਨਰ ਪ੍ਰੋਟੈਕਟਰ ਲਾਏ ਅਤੇ ਲਾ ਕੇ ਤਾਂ ਹੁਣ ਲੱਗਾ ਤੁਰਨ ਮੀਂਹ ਜਿੰਨਾ ਚਿਰ ਮੈਂ ਲੋਡ ਸਿਕਿਓਰ ਕਰਦਾ ਰਿਹਾ ਪਿਆ ਨਹੀਂ ਅਤੇ ਹੁਣ ਮੀਂਹ ਆ ਗਿਆ ਮੈਨੂੰ ਲੱਗਦਾ ਬਾਬਾ ਜੀ ਕਹਿੰਦੇ ਵੀ ਚੱਲ ਤੂੰ ਭਰਾਵਾ ਪਹਿਲਾਂ ਲੋਡ ਸਿਕਿਓਰ ਕਰ ਲਾ ਮੀਂਹ ਮੈਂ ਫੇਰ ਪਾ ਲੈਂਦਾ ਟੂਲ ਬਾਕਸ ਚੈੱਕ ਕਰ ਲਈਏ ਲੋਡ ਭਾ ਰਹੀ ਆ ਹੁਣ ਪਤਾ ਲੱਗੂ ਆਹ ਆ ਸਟਰੈਪ ਜਿਹੜੀ ਮੈਂ ਇੰਨਾ ਵੀ ਵੱਢ ਲਈ ਵਿੱਚ ਰੱਖ ਲਈ ਮੈਂ ਉੱਦਾਂ ਬੜੇ ਮਤਲਬ ਟੱਕ ਲੱਗ ਗਿਆ ਇਹਨੂੰ ਸਟਰੈਪ ਬਾਈ ਦੱਸਦਾ ਜੀ ਕਹਿੰਦਾ ਲੋਡ ਤੇਰਾ ਲੀਗਲ ਹੈ ਕੋਈ ਗੱਲ ਨਹੀਂ ਕਹਿੰਦਾ ਵਧੀਆ ਬਾਕੀ ਥੋੜ੍ਹੀ ਜਿਹੀ ਗਾਈਡੈਂਸ ਦਿੱਤੀ ਬਾਈ ਨੇ ਮੈਨੂੰ ਅਤੇ ਗੁੱਡ ਮੈਨ ਦੀ ਲਾਲਟਣ ਕੰਮ ਹੋ ਗਿਆ ਮਿੱਤਰੋ ਚਲੀਏ ਫਿਰ ਹੁਣ ਤੁਰੀਏ ਲੋਡ ਲੈ ਕੇ ਕੈਲੀਫੋਰਨੀਆ ਨੂੰ ਪਿੰਡ ਮੇਰਾ ਕੈਲੀਫੋਰਨੀਆ ਮੀਂਹ ਪੈਂਦਾ ਅਤੇ ਨੱਚਦੀਆਂ ਮੋਰਨੀਆਂ ਦੇਖੀਏ ਲੋਡ ਦੂਰੋਂ ਕਿੱਦਾਂ ਲੱਗਦੀ ਦਾ ਟੌਰ ਹੈਗੀ ਹੈ ਲੋਡ ਦੀ ਕਿ ਨਹੀਂ ਅਤੇ ਰੁਕਿਆ ਸੀਗਾ ਮੈਂ ਪੌਣਾ ਕੁ ਘੰਟਾ ਘੰਟਾ ਟਰੱਕ ਚਲਾ ਕੇ ਨਾ ਸੇਲ ਕਰਾਉਣ ਰੁਕਿਆ ਸੀਗਾ ਅਤੇ ਨਾਲੇ ਮੈਂ ਕਿਹਾ ਚੱਲ ਇੱਕ ਵਾਰ ਸਟਰੈਪਾਂ ਨੂੰ ਬੈਂਚ ਬਾਰ ਘੁੰਮਾ ਲਈਏ ਅਤੇ ਮਤਲਬ ਕਿ ਕਹਿ ਲਓ ਵੀ ਟਾਈਟ ਕਰ ਲਈਏ ਅਤੇ ਕਹਿੰਦੇ ਵੀ ਪਹਿਲਾਂ ਘੰਟੇ ਕੁ ਵਿੱਚ ਵਿੱਚ ਰੁਕ ਕੇ ਨਾ ਟਾਈਟ ਕਰ ਲੈਣਾ ਚਾਹੀਦਾ ਲੋਡ ਸੋ ਉਹ ਲੱਗਾ ਹੁਣ ਮੈਂ ਕਰਨ
ਬੇਕਰ ਸਵੀਟ ਦਾ ਉਹਨਾਂ ਲੋਡ ਅਤੇ ਮੈਂ ਫਿਰ ਜੋਬਲਿਨ ਆ ਕੇ ਰੁਕਿਆ ਸੀਗਾ ਰਾਤੀ 4 ਨੰਬਰ 'ਤੇ ਪੂਰੀ ਸ਼ਿਫਟ ਲੱਗ ਗਈ ਸੀ ਜੋਬਲਿਨ ਤੱਕ ਅਤੇ ਹੁਣ ਮੈਂ ਸੁੱਤਾ ਹੀ ਉੱਠਿਆ ਹਾਲੇ ਨਹਾਉਣਾ ਨਹਾਉਣਾ ਜਾ ਕੇ ਅਤੇ ਮੈਂ ਕਿਹਾ ਚਲੋ ਕੱਲ੍ਹ ਦੇ ਲੋਡ ਬਾਰੇ ਥੋੜ੍ਹੀ ਜਾਣਕਾਰੀ ਦੇ ਰਹੀਏ ਸੋ ਲੋਡ ਹੈਗਾ ਸੀਗਾ ਜੀ ਬਿਲਡਿੰਗ ਮਟੀਰੀਅਲ ਲਿਖਿਆ ਆ ਪਤਾ ਨਹੀਂ ਹੁਣ ਇਹ ਪੈਡ ਬਣਦੀ ਇਹਦੀ ਕਿ ਪਤਾ ਨਹੀਂ ਕਹਿ ਲਓ ਵੀ ਜਿੱਦਾਂ ਇੰਡੀਆ ਅੱਗੇ ਛੱਤਾਂ ਨੂੰ ਬਾਲੇ ਗਾਡਰ ਪੈਂਦੇ ਹੁੰਦੇ ਵੀ ਉੱਦਾਂ ਦੇ ਗਾਡਰ ਆ ਅਤੇ ਉਹ ਚੀਜ਼ ਆ ਅਤੇ ਜਿਹਨਾਂ ਤੋਂ ਮੈਂ ਚੱਕਿਆ ਆ ਉਹ ਸਿਰਫ ਗਾਡਰਾਂ ਦੇ ਵਿੱਚ ਨਾ ਪਲਾਸਟਿਕ ਰਬੜੀ ਪਾ ਕੇ ਗਾਂਹ ਤੋੜ ਦਿੰਦੇ ਸੀਗੇ ਸ਼ਿਪ ਕਰਦੇ ਆ ਅਤੇ ਉਹਨਾਂ ਦਾ ਕੰਮ ਇੰਨਾ ਹੀ ਆ ਬਸ ਵੀ ਗਾਡਰਾਂ ਦੇ ਵਿੱਚ ਰਬੜ ਜੀ ਲਾਉਣ ਦਾ ਅਤੇ ਰੱਬ ਦਾ ਡਬਲ ਆ ਕਰੇ ਪਹਿਲਾ ਲੋਡ ਸੀਗਾ ਅਤੇ 16 ਦੀਆਂ 16 ਸਟਰੈਪ ਪਾ ਦਿੱਤੀਆਂ ਮੈਂ 16 ਮਿੰਚਾਂ ਲੱਗੀਆਂ ਟਰਾਲੇ ਨੂੰ ਅਤੇ 4 ਮਿੰਚਾਂ ਮੈਂ ਹੋਰ ਲਾ ਲੈਣੀਆਂ ਹਾਲੇ 20 ਕਰ ਦੇਣੀਆਂ ਆ ਅਤੇ ਨਾਲ ਥੋੜ੍ਹੀਆਂ ਸਟਰੈਪ ਐਕਸਟਰਾ ਲੈ ਕੇ ਰੱਖ ਲੈਣੀਆਂ ਜਿਹਨਾਂ ਦੇ ਵਿੱਚ ਆਲਰੇਡੀ ਬੈਂਚ ਲੱਗੀ ਹੁੰਦੀ ਹੈ ਨਾ ਉਹ ਟਾਈ ਡਾਊਨ ਸਟਰੈਪ ਜਿਹਨਾਂ ਨੂੰ ਕਹਿ ਸਕਦੇ ਆਪਾਂ ਉਹ ਲੈ ਕੇ ਰੱਖ ਲੈਣੀਆਂ ਨਾਲ ਟਰੱਕ ਦੇ ਲੋਡ ਪੈ ਜਾਂਦੀ ਕਿਤੇ ਅਤੇ ਬਾਕੀ ਮੇਰੇ ਵੀਰ ਕਈ ਆ ਪਿਛਲੇ ਵਲੋਗ ਦੇ ਵਿੱਚ ਕਹਿੰਦੇ ਬੰਜੀਆਂ ਨਹੀਂ ਲਈਆਂ ਮੈਂ ਐਕਚੁਲੀ 2 ਡੱਬੇ ਬੰਜੀਆਂ ਦੇ ਵੀ ਚੱਕ ਲਏ ਸੀ ਉਦਣ ਅਤੇ ਦਿਖਾ ਵੀ ਦਿੰਦਾ ਮੈਂ ਤੁਹਾਨੂੰ ਅਤੇ ਉਸ ਤੋਂ ਬਾਅਦ 'ਚ ਜਿਹੜੀਆਂ ਕੋਇਲ ਰੈਕਸ ਹੈਗੀਆਂ ਉਹ ਵੀ 4 ਰੱਖ ਲਈਆਂ 2 ਸੈੱਟ ਰੱਖ ਲਏ ਕੋਇਲ ਰੈਕਸ ਦੇ ਵੀ ਮੈਂ ਜਿਹੜੇ ਮੈਡਲ ਹੁੰਦੇ ਆ ਉਹ ਰੱਖ ਲਏ ਆ ਸੋ ਮੁੜ ਲੈ ਗਏ ਕੁੱਲ ਮਿਲਾ ਕੇ ਯਾਰ ਮੇਰੇ ਹਿਸਾਬ ਨਾਲ ਸਾਰਾ ਕੁਝ ਹੈਗਾ ਮੇਰੇ ਕੋਲ ਹੈ ਨਾ ਅਤੇ ਹੁਣ 4 ਫੁੱਟੀਆਂ ਤਾਰ ਪਾ ਲੈਣੀਆਂ ਕਹਿੰਦੇ ਵੀ ਕਈ ਵਾਰੀ ਤਾਰ ਜਿਹੜੀ 4 ਫੁੱਟੀ ਲੋੜ ਹੁੰਦੀ ਆ 8 ਫੁੱਟੀ ਪਾਉਣੀ ਪੈ ਉਹਦਾ ਝੰਜਟ ਬੜਾ ਖਲਾਰਾ ਬੜਾ ਪੈ ਜਾਂਦਾ ਸੋ 4 ਫੁੱਟੀ ਤਾਰ ਪੱਲੇ ਕਿਤੇ ਵੀ ਅਵੇਲੇਬਲ ਨਹੀਂ ਹੈਗੀ ਮੈਨੂੰ ਕਸਟਮ ਹੀ ਤਿਆਰ ਕਰਵਾਉਣੀ ਪਊਗੀ ਸੋ ਉਹ ਹੈਗਾ ਆ ਅਤੇ ਬਾਕੀ ਚਲੋ ਹੌਲੀ ਹੌਲੀ ਤੁਹਾਨੂੰ ਨਾਲ ਨਾਲ ਅਪਡੇਟ ਕਰੀ ਜਾਣਾ ਆਪਾਂ ਅਤੇ ਚੰਗਾ ਜੀ ਫਿਰ ਮਿਲਦੇ ਅਗਲੇ ਵਲੋਗ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਅਤੇ ਰੱਬ ਰੱਖਾ ਅਤੇ ਮੈਂ ਨਹਾ ਨੂੰ ਲਵਾਂ ਜਾ ਕੇ ਹੁਣ